ਡਲ ਝੀਲ ਦੀ ਸਵੇਰ ਦੀ ਮੋਰਨਿੰਗ, ਗੁੱਡ ਮੋਰਨਿੰਗ ਵਾਲੀ ਮੋਰਨਿੰਗ, ਅਤੇ ਨਿੱਕੀਆਂ ਨਿੱਕੀਆਂ ਬੱਤਕਾਂ ਵੀ ਆਪਦੇ ਕੰਮ 'ਤੇ ਚੱਲ ਪਈਆਂ, ਅਤੇ ਇੱਥੇ ਸਾਡੇ ਸਾਥੀ ਕੋਈ ਮੋਬਾਈਲ ਦੇਖ ਰਹੇ ਹੈ ਅਤੇ ਕੋਈ ਉੱਥੇ ਬੈਠ ਕੇ ਲੰਮੇ ਪਏ ਹੈ। ਉੱਠੋ ਬਾਈ, ਬਹੁਤ ਟਾਈਮ ਹੋ ਗਿਆ ਰਾਤੀ ਬੱਕਰੇ ਦਿਲ ਤਕਾਈਆਂ ਦਿਲ ਤੱਕ ਚੱਕੀਆਂ ਨੇ ਬੈਠੇ। ਹਾਂ ਭਾਜੀ ਚਾਹ ਤੇ ਦੇ ਭਾਜੀ ਸੋਫੇ ਤੇ ਹੈਰਵਨ ਦੇ ਤਾਂ ਆਰਾਮ ਦੇ ਨਾਲ ਹੋ ਗਈ ਚਾਹ ਸ਼ੁਰੂ। ਸਾਡੇ ਢਿੱਲੋ ਸਾਹਿਬ ਦਾ ਚਾਹ ਦਾ ਕੰਮ ਚੱਲਦਾ ਸਵੇਰੇ ਸਵੇਰੇ। ਚਾਹ ਠੀਕ ਹੈ ਨਾ ਜੀ ਢਿੱਲੋ ਸਾਹਿਬ? ਇਹ ਭਾਲੋ ਸੁੱਟਾ ਆ, ਕਿਆ ਬਾਤ ਹੈ, ਸੋਹਣੀ ਗੱਲ ਹੈ। ਆਹ ਮਾਹੌਲ ਇੱਥੇ ਅਤੇ ਅਸੀਂ ਉਹਨੂੰ ਕਰਦੇ ਹਾਂ ਤਿਆਰੀ ਅੱਗੋਂ ਦੀ ਆਪਣੇ। ਇਹ ਸਾਡਾ ਰੂਮ ਦਾ ਖਿਲਾਰਾ ਪਿਆ ਹੋਇਆ ਭਾਈ, ਬੰਦਾ ਸਵੇਰੇ ਉੱਠੇ ਚਾਹੇ ਨਾ ਉੱਠੇ, ਸਭ ਤੋਂ ਪਹਿਲਾਂ ਆਪਦੇ ਜਿੰਨੇ ਉਹਦੇ ਡਿਜੀਟਲ ਗੈਜਟ ਹੁੰਦੇ ਆ ਉਹਨੂੰ ਕਰਦਾ, ਖਵਾਉਂਦਾ ਪੈਂਦਾ, ਮਤਲਬ ਚਾਰਜ ਕਰਦਾ। ਅਸੀਂ ਹੁਣ ਨਹਾਉਂਦੇ ਧੋਨੇ ਵੀ ਕਰਦੇ ਹਾਂ ਤਿਆਰੀ, ਅੱਗੇ ਬੋਟਿੰਗ ਕਰਕੇ ਨਿਕਲਾਂਗੇ ਪਾਸੇ ਨੂੰ ਵੀ, ਜੋਜਰਾ ਪਾਸ ਹੁੰਦੇ ਪਹੁੰਚਾਂਗੇ ਕਾਰਗਿਲ। ਚਲੋ ਸ਼ੁਰੂ ਕਰੀ ਸਫ਼ਰਨਾਮੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਵੇ ਸਾਰੇ ਰੈਡੀ ਫੈਡੀ ਸ਼ੈਡੀ। ਇਹ ਅਸਲ ਨਾ ਸਾਰੇ ਕਮਰੇ 'ਚ ਕੱਢਣੇ ਬਹੁਤ ਔਖੇ ਆ ਇਹ, ਹੁਣ ਪੂਰੇ ਯੰਗ ਬੋਆਏ ਬਣੇ ਫਿਰਦੇ ਆ, ਹੈਂਡਸਮ ਬੋਆਏ ਬਣੇ ਫਿਰਦੇ ਆ। ਕਿਆ ਬਾਤ ਆ ਬਈ, ਟੋਰਾਂ ਬਈ ਖੁੱਡਾਂ 'ਚ ਕੱਢਣੇ ਬਹੁਤ ਔਖੇ ਆ ਇਹ। ਚਲੋ 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 ਨਿਕਲੋ, ਨਿਕਲਦਾ ਕਿਹੜਾ ਰਾਜੀ ਹੈ ਇਹ। ਬਰਾਤ ਤਿਆਰ ਹੋ ਗਈ ਪੂਰੀ, ਆਹ ਦੁਲਹਨ ਸਾਰਾ ਨੂੰ ਲੇਟ ਆਈ ਆ ਵਾਲੀ। ਆਹ ਸਾਡੇ ਸਾਥੀ ਨਾ ਉਹਦੀ ਇੰਟਰਵਿਊ ਲੈ ਰਿਹਾ ਇਸ ਟਾਈਮ ਮਲਾਹ ਦੀ ਦੂਜੀ ਉਹਦੇ ਉੱਪਰ, ਅਤੇ ਬੜਾ ਸੋਹਣਾ ਵਿਊ ਬਣਦਾ। ਤੁਸੀਂ ਜਿੰਨੇ ਵਾਰ ਆਓਗੇ ਨਾ ਉਨੇ ਵਾਰ ਤੁਹਾਨੂੰ ਉੱਥੋਂ ਜ਼ਿਆਦਾ ਸੋਹਣਾ ਦੇਖਣ ਨੂੰ ਮਿਲਦਾ। ਇਸ ਟਾਈਮ ਉੱਪਰ ਚੰਦਾ ਮਾਮਾ ਉਹ ਸੂਰਜ ਜੀ ਆ ਰਹੇ ਨੇ ਚੰਦਾ ਦੇ ਰੂਪ ਦੇ ਵਿੱਚ, ਅਤੇ ਇੱਧਰ ਆਪਣੇ ਮਿੱਤਰ ਪਿਆਰੇ ਸਾਰੇ ਵੀ ਕਰ ਰਹੇ ਫੁੱਲ ਚਿੱਲ ਵੀ ਤੁਹਾਨੂੰ ਬਹੁਤ ਸੋਹਣਾ ਵੀ। ਡਲ ਲੇਕ 'ਤੇ ਬੈਠਾਂ ਕੁਛ ਟਾਈਮ ਤੱਕ, ਘੰਟਾ ਲਾ ਕੇ ਫਿਰ ਨਿਕਲਾਂਗੇ ਅੱਗੇ ਵਾਸਤੇ। ਫਿਰ ਵੀ ਜਦੋਂ ਵੀ ਆਓ ਸ਼੍ਰੀਨਗਰ ਡਲ ਲੇਕ 'ਤੇ ਕੁਛ ਸਮਾਂ ਜ਼ਰੂਰ ਲਗਾ ਕੇ ਜਵਾਬ ਦਾ। ਬੋਟਿੰਗ ਕਰਿਆ ਡਲ ਲੇਕ 'ਚ ਹੋ ਗਏ, ਅਤੇ ਚੱਲਦੀ ਆ ਸਾਡੀ ਵਾਪਸੀ ਦੀ ਤਿਆਰੀ। ਹੁਣ ਇੱਕ ਤਾਂ ਉਹਨਾਂ ਗੱਲ ਤੁਹਾਡੇ ਨਾਲ ਗੱਲ ਕਰਨੀ ਰਹਿ ਗਈ ਸੀਗੀ, ਜਿਹੜੇ ਸ਼ਿਕਾਰਾ ਸੀ ਰੁਕੇ ਆ ਨਾ, ਇਸ ਸ਼ਿਕਾਰਾ ਦਾ ਨਾਮ ਹੈਗਾ ਹਮਾਯੂ ਸ਼ਿਕਾਰਾ ਜੀ, ਅਤੇ ਇਸ ਬਾਰੇ ਕਿਹਾ ਜਾਂਦਾ ਕਿ ਇਸ ਸ਼ਿਕਾਰਾ 'ਚ ਲੱਗ ਗਈ ਸੀ ਅੱਗ 2015 ਦੇ ਵਿੱਚ, ਅਤੇ ਅੱਜ ਵੀ ਰੀਨੋਵੇਟ ਹੋ ਰਿਹਾ ਇਹ, 1.5 ਕਰੋੜ ਰੁਪਏ ਉੱਪਰ ਲੱਗ ਚੁੱਕਿਆ ਇੱਥੋਂ ਇਹ। ਆ ਸ਼ਿਕਾਰੇ ਦੀ ਨਿੱਕੀ ਝਲਕ ਆ ਜੀ, ਇਹ ਪਹਿਲਾਂ ਤੁਸੀਂ ਦੇਖੀ ਹੋਣੀ ਹੈ, ਇਹ ਸਾਰੇ ਨੂੰ ਅੱਗ ਲੱਗ ਗਈ ਸੀ ਉਸ ਟਾਈਮ ਤੱਕ। 1972 ਵਿੱਚ ਇਹ ਸ਼ਿਕਾਰਾ ਬਣਿਆ ਸੀ, ਇਹ ਹੈ ਪਰ ਬਹੁਤ ਸੋਹਣੀ ਚੀਜ਼ ਹੈ। ਸਾਨੂੰ ਇੱਕ ਕਮਰੇ ਦੀ ਕੋਸਟ ਵੀ ਲਗਭਗ 2000 ਰੁਪਇਆ, ਅਤੇ ਆਹ ਬਸ਼ੀਰ ਬਾਈ ਹੈ ਜੀ ਜਿਨ੍ਹਾਂ ਦਾ ਸ਼ਿਕਾਰ ਆ ਜੀ ਇਹ। ਥੈਂਕ ਯੂ ਬਸ਼ੀਰ ਬਾਈ, ਬਹੁਤ ਬੜੀਆ ਲੱਗਾ ਆਪਸੇ ਮਿਲ ਕੇ ਵੀ। ਹਾਂਜੀ 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 ਬਹੁਤ ਬੜੀਆ, ਅਲਟੀਮੇਟ ਹੈ। ਮੇਰਾ ਨਾਮ ਅਬਦੁਲ ਮਜੀਦ ਹੈ। ਹਾਂਜੀ ਆਪਕਾ ਜੀ? ਬੈਠਾਂਗੇ ਬੋਟ 'ਚ, ਫਿਰ ਬੈਠਾਂਗੇ ਮੋਟਰਸਾਈਕਲ 'ਤੇ ਵੀ, ਉਹ ਪਰਲੇ ਪਾਸੇ ਜਾਣਾ ਵੀ। ਆਓ ਚੱਲੀਏ ਕਰੀਏ ਸਫ਼ਰ ਸ਼ੁਰੂ ਅੱਜ ਦਾ ਆਪਣਾ ਵੀ। ਘਾਟ ਨੰਬਰ 15 ਸਾਹਮਣੇ ਫ੍ਰੀ ਪਾਰਕਿੰਗ ਸੀਗੀ, ਉੱਥੇ ਗੱਡੀਆਂ ਲਾਈਆਂ ਸੀਗੀਆਂ, ਅਤੇ ਚੋਬਰ ਪੂਰੀ ਤਿਆਰੀ ਕਰੀ ਜਾਂਦੇ ਉਸ ਟਾਈਮ ਵੀ। ਇੱਧਰੋਂ ਵੀ ਤਿਆਰੀ ਪੂਰੀ ਹੈ ਚੋਬਰਾਂ ਦੀ, ਅਤੇ ਇੱਧਰੋਂ ਵੀ ਕੰਮ ਓਕੇ ਡਾਣਾ ਡਾਣ ਵੀ ਇੱਥੋਂ ਨੇ। ਗੱਡੀ ਵਾਲੇ ਬੰਦੇ ਗੱਡੀ 'ਚ, ਬਾਈਕ ਵਾਲੇ ਬੰਦਿਆਂ ਨੇ ਪੈਕਅਪ ਕਰ ਲਿਆ ਵੀ। ਸਾਰਿਆਂ ਨਾਲ ਔਖਾ ਕੰਮ ਇਹੀ ਹੁੰਦਾ ਹੈ ਬਾਈਕ ਨੂੰ ਰੈਡੀ ਕਰਨਾ ਬਸ, ਅਤੇ ਅਸੀਂ ਵੀ ਰੈਡੀ ਵੀ। ਸਫ਼ਰਨਾਮਾ ਸ਼ੁਰੂ ਸ਼੍ਰੀਨਗਰ ਟੂ, ਕਿੱਥੋਂ ਜਾਣਾ ਭਾਅ ਜੀ ਆਪਣੇ? ਕਾਰਗਿਲ। ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਡਲ ਲੇਕ ਤੋਂ। ਆਹ ਦੇਖੋ ਕੱਲ੍ਹ ਵਾਲੇ ਫੁਹਾਰੇ ਕਿੰਨੇ ਸੋਹਣੇ ਲੱਗਦੇ ਫੁਹਾਰੇ ਵੀ। ਇਹ ਉਹ ਥਾਵਾਂ ਜਿੱਥੇ ਤੁਹਾਡਾ ਨਾ ਬਾਗ ਉਹਨੂੰ ਮਨ ਕਰਦਾ,
श्रीनगर स्वर्ग तो असी लगभग 10-12 किलोमीटर डल लेक के नाल जावे उस साइड की तरफ, फिर अगे सोनामार्ग जोजिला दैन कारगिल। समा हो गया कोई दोपहर के 11, थोड़ा लेट आज असं तो पर वधिया काम कर रहा भी साढ़े साथी साढ़े नाल मूव ऑन करते हुए। ढिलो भाजी हो गए, कश्मीर भाजी हो गए, तो सामने मनजीत भाजी। बड़ा सोहना व्यू आता इस पास। हे परमात्मा हे वाहेगुरु अज का सफर वधिया रखना। श्रीनगर शहर लगभग पार कर लिया तो असं इस वक्त श्रीनगर शहर के बाहरले पासे हैं। नैशनल हाईवे नंबर 1 ही है ये जिथे से जा रहे हैं। देखो तो सड़क लगती छोटी जी पर नैशनल हाईवे नंबर 1 है। वो पुराने समय तो लैके हुण तक यही रोड चलती आ रही है। तो इन्होंने कुदरती अरखा रखने वास्ते ना दरख्तों रखने वास्ते सड़क चौड़ी नहीं की, क्योंकि यही श्रीनगर की पहचान है। ये इस करके ना इतने अपनों ट्रैफिक काफ़ी लग रहा है। श्रीनगर का एक विलखण चौंक दरख्त वाला चौंक, ये भी बहुत वधिया गल है कि इन्होंने ना सड़क वास्ते के दरख्त नहीं कट्टे ने अज तक। सोहनी गल है जो तुसीं कुदरत नूं बचा के रखते हो ना, कुदरत भी तुहानूं बचा के रखदी है। उस टाइम कुदरत का माण करना, सत्कार करना, उसकी सांभ संभाल करना ये जरूरी है, क्योंकि जेकर कुदरत ना रही तो फिर शायद कल आप भी ना रहेंगे। आर्मी की मूवमेंट इतने हमेशा ही चलती रहती है। CRPF सलाम है इन्हों भी। लगता ना यदा भी जी कर लग गया साढ़े जाने वास्ते। उठ गई श्रीनगर तो शहर तो निकल के ना असी एक बड़े सोहने व्यू ते आ गए सी भी ते बैठे सारे बाई वर्गे रोटी पानी खा लिया। इतना ने रोटी पानी खाने तुर गए थे ते सोहना व्यू आता पाया इतने भी, बड़ा सोहना झाका बनता पाया इतने। श्रीनगर शहर तो तकरीबन असी खड़े हैं 20-22 किलोमीटर बाहर। धुप हो गई तेज, ऐनक लग जाती है, खाना पीना हो गया, सफ़र हुण असीं रुकांगे सोनमर्ग जाके। तकरीबन 1.5 घंटा रस्ता इत्थों, उत्थे 2-4 मिनट लावांगे, उस तो अपना अगला सफ़र शुरू हो जाऊगा। मौसम बड़ा कैम है भाई, जबरदस्त वाला मौसम है, सुहावना मौसम है। तकरीबन इत्थे तापमान होना कोई 20-22 के आस पास तापमान होना इत्थों। सिंध व्यू ढाबा जी कोई दाल दूध ठीक है ना जी, इन्हों की उन्हें गल जी बात बनी नहीं ना बिल्कुल भी। इतना हूँ आह पुल पार करना जी इतना। मित्र प्यारे थम्स अप का गेड़ा दवाते हुए कितने ना श्रीनगर के योजे झाके वाके तो बहुत तुम दिखेंगे तुम इस तरह के जेडे कितों की सुहप्पण के चार चांद लगा होंगे भी इतना। तो असं हूँ कर लगे अपना सफर शुरू इस थान तो, मिलेंगे तुम अगे रास्ते भी। चलिए फिर आप चलो सफर शुरू अज का।
ਜਦੋਂ ਕਹਿੰਦੇ ਨਾ ਰਸਤੇ ਸੋਹਣੇ ਹੁੰਦੇ ਆ ਨਾ, ਉਹਨਾਂ ਰਸਤਿਆਂ ਦੇ ਉੱਪਰ ਸਮਾਂ ਅਕਸਰ ਲੱਗ ਹੀ ਜਾਂਦਾ ਵੀ, ਅਤੇ ਇਹ ਰਸਤੇ ਨਾ ਕਿਸੇ ਸਵਰਗ ਤੋਂ ਘੱਟ ਨਹੀਂ ਹੈਗੇ। ਅਸੀਂ ਹੈਗੇ ਇਸ ਵਕਤ ਸੋਨਮਰਗ ਦੇ ਐਂਟਰੀ ਗੇਟ ਦੇ ਉੱਪਰ ਵੀ, ਪਾਣੀ ਦੀ ਆਵਾਜ਼ ਤੁਹਾਨੂੰ ਆ ਹੀ ਰਹੀ ਹੋਣੀ ਹੈ। ਵੈਲਕਮ ਟੂ ਸੋਨਮਰਗ, ਸੋਨਾਮਰਗ। ਅਤੇ ਆਹੀ ਚੀਜ਼ਾਂ ਨਾ ਆਪਾਂ ਨੂੰ ਬਾਬਰ 'ਤੇ ਖਿੱਚੇ ਲਿਆਉਂਦੀਆਂ, ਬਾਬਰ ਆਪਾਂ ਨੂੰ ਸੁਣਿਆ। ਅਤੇ ਸਾਡੇ ਬੰਦੇ ਪਤਾ ਕਿੱਥੇ ਰਹਿ ਗਏ ਯਾਰ, ਹੁਣ ਅੰਨੇ ਜਾਣੇ ਸੀ ਹੈਗੇ, ਬਾਈਕ 'ਤੇ ਵੀ ਗੱਡੀ 'ਤੇ ਵੀ, ਸਾਨੂੰ ਉੱਥੇ ਖੜ੍ਹੇ ਘੱਟੋ 15 ਮਿੰਟ ਹੋ ਗਏ ਵੀ। ਢਿੱਲੋ ਸਾਹਿਬ ਤਾਂ ਉਹ ਖੜ੍ਹੇ ਆ, ਆਪਣੇ ਬੇਟੇ ਨਾਲ ਫੋਟੋ ਕਰਵਾਈ ਜਾਂਦੇ ਇੱਥੇ ਇਸ ਟਾਈਮ ਖੜ੍ਹੇ, ਯਾਦਾਂ ਹੁੰਦੀਆਂ ਲਾਈਫ ਟਾਈਮ ਦੀਆਂ ਰਹਿ ਜਾਂਦੀਆਂ। ਪਤਾ ਨਹੀਂ ਕੱਲ੍ਹ ਨੂੰ ਕਦੋਂ ਆਉਣਾ ਕਦੋਂ ਨਹੀਂ ਆਉਣਾ ਕੁਛ ਨਹੀਂ ਪਤਾ ਵੀ। ਅਤੇ ਸਾਡੇ ਸੁਸਤ ਵਾਲੇ 3 ਵੱਜ ਗਏ ਲੱਗਦਾ ਨਾ, ਇਹ ਰਾਸਤੇ 'ਚ ਕਿਤੇ ਰਾਤ ਰੂਤ ਕਰਾਉਣਗੇ ਤੁਸੀਂ ਇਹ ਘਰ ਬਰਫ਼। ਆਹ ਹੁਣ ਆਉਂਦੇ ਪਏ ਇਹ, ਉੱਥੇ ਲਾ ਲਓ ਗੱਡੀ ਸਾਹਮਣੇ ਪੁਲ ਦੇ ਕੋਲੇ, ਨੀਚੇ ਨੀਚੇ ਲੈ ਜਾਓ ਗੱਡੀ। ਟਾਈਮ ਟਾਈਮ ਬੜਾ ਲਾਇਆ ਤੁਸੀਂ, ਟਾਈਮ ਬੜਾ ਲਾਇਆ। ਅੱਛਾ ਚਲੋ ਵਧੀਆ ਵਧੀਆ ਆ ਰਿਹਾ, ਇੰਜੋਏ ਕਰ ਰਹੇ ਪੂਰਾ, ਆ ਰਿਹਾ ਨਾ ਮੌਸਮ, ਅਲਟੀਮੇਟ ਮੌਸਮ ਹੋ ਗਿਆ ਇਸ ਟਾਈਮ। ਹਾਂ ਇਸ ਤੋਂ ਅੱਗੇ ਵੀ ਵਧੀਆ ਰੋਡ ਆਉਣੀ ਭਾਜੀ, ਇਸ ਤੋਂ ਅੱਗੇ ਇਸ ਤੋਂ ਕੀ ਜ਼ਿਆਦਾ ਫੰਟਾਸਟਿਕ ਰੋਡ ਆਉਣੀ ਹੈ, ਸਿਰਫ ਜੋਜਲਾ ਪਾਸ ਆਉਣਾ ਰਸਤੇ ਦੇ ਵਿੱਚ। ਬੰਦੇ ਪਹਿਲੀ ਵਾਰ ਆਏ ਤੇ ਪੂਰੇ ਬਾਗੋ ਬਾਗ ਹੋ ਗਏ, ਗਾਰਡਨ ਗਾਰਡਨ ਹੋ ਗਏ, ਗਾਰਡਨ ਗਾਰਡਨ ਇਹ ਹੁੰਦੀ ਹੈ, ਕਾਟੂ ਫੁੱਲਾਂ ਦੇ ਖੇਡਦੀ ਪਈ। ਚਲੋ ਅਸੀਂ ਕਰਦੇ ਹਾਂ ਕਿ ਮੂਵ ਆਉਣ, ਸੋਨਾਮਾਰਗ ਦੇ ਗੇਟ 'ਤੇ ਖੜ੍ਹੇ, ਜਾਣਾ ਬਹੁਤ ਦੂਰ ਆ ਯਾਰ, ਅਜਨੇ ਨਾ ਕਰਨਗੇ। ਸੋਨਾਮਾਰਗ ਦਾ ਬਾਜ਼ਾਰ, ਪਰ ਅਸੀਂ ਪਹਿਲਾਂ ਹੀ ਲੇਟ ਹੋ ਰਹੇ ਹਾਂ, ਸਾਡਾ ਇੱਥੇ ਖੜ੍ਹਨ ਦਾ ਕੋਈ ਨਹੀਂ ਹੈਗਾ ਕੋਈ ਵਿਚਾਰ, ਨਿਕਲਾਂਗੇ ਇਹਨੂੰ ਕਿਉਂਕਿ ਰਸਤਾ ਪਿਆ ਹੈ ਬਹੁਤ ਵਾਰ ਵਾਰ ਦੂਰ, ਕੋਸ਼ਿਸ਼ ਕੀਤੀ ਸੀ ਪਰ ਬਣੀ ਨਹੀਂ ਗੱਲਬਾਤ। ਇਹ ਹੈਗਾ ਜੀ ਸੋਨਾਮਰਗ ਦਾ ਵਿਚਾਰ ਜੀ ਸਾਨੂੰ, ਅਤੇ ਸੋਨਾਮਰਗ ਤੋਂ ਅੱਗੇ ਆਊਗਾ ਜੋਜਲਾ, ਜੋਜਲਾ ਪਾਸ ਉਹ ਬਾਰ ਕਰਨਾ, ਕੋਸ਼ਿਸ਼ ਕਰੀਏ ਜਿੰਨਾ ਜਲਦੀ ਜੋ ਹੈ ਇਹ ਰਸਤਾ ਕਵਰ ਕਰ ਲਈਏ। ਫਿਲਹਾਲ ਨਾ ਟੂਰਿਸਟ ਘੱਟ ਹੋਣ ਕਰਕੇ ਇੱਥੇ ਰਸ਼ ਘੱਟ ਹੈ, ਇੱਥੇ ਨਹੀਂ ਇੱਥੇ ਤਾਂ ਗਾਹ ਪਿਆ ਹੁੰਦਾ ਪੂਰਾ, ਮੌਸਮ ਵਧੀਆ, ਉੱਚੇ ਉੱਚੇ ਪਹਾੜ, ਅਤੇ ਉਹਨਾਂ ਉੱਚੇ ਉੱਚੇ ਪਹਾੜਾਂ ਦਾ ਪਹਿਲਾ ਦਰਾ ਜੋਜਲਾ ਦਰਾ, ਜੋਜਲਾ ਪਾਸ ਉਹ ਫਤਿਹ ਕਰਨਾ ਉਸ ਟਾਈਮ। ਸਾਡਾ ਸਾਥੀ ਕੇ ਪੁੱਠਾ ਬਣਿਆ ਦਾ ਕਿਵੇਂ, ਹੁਣ ਆਪਣੇ ਨਾ ਜੋਜਲਾ ਪਾਸ ਉਹ ਪਾਰ ਕਰਨਾ ਆਪਣੇ, ਇਸ ਕਰਕੇ ਬਹੁਤ ਟਾਈਮ ਹੋਣ ਲਈ ਆਪਾਂ ਲੇਟ ਹੋ ਜਾਵਾਂਗੇ ਆਪਾਂ। ਚਲੋ ਫਿਰ ਆ ਜਾਓ, ਚਲੋ ਭਾਅ ਜੀ ਤਸਵੀਰ, ਭਾਅ ਜੀ ਮੂਵ ਆਨ ਕਰੋ, ਲੇਟ ਨਾ ਆਪਾਂ, ਲੇਟ ਹੋ ਰਹੇ ਆਪਾਂ। ਜੋਜਲਾ ਪਾਸ ਦੇ ਰਾਹ 'ਤੇ ਪੈ ਗਏ, ਅਤੇ ਇਸ ਪਾਸ ਦੇ ਨੀਚੇ ਨਾ ਇੱਕ ਟਨਲ ਬਣਦੀ ਪਈ ਹੈ, ਅਤੇ ਜਦੋਂ ਟਨਲ ਬਣ ਗਈ ਜੋਜਲਾ ਪਾਸ 'ਤੇ ਜਾਣ ਦੀ ਲੋੜ ਨਹੀਂ ਪਿਆ ਕਰਨੀ, ਸਿੱਧਾ ਟਨਲ ਵੱਲ ਦੀ ਜਾਓ ਅਤੇ ਲੈ ਜਾਓ ਜਾਂ ਕਾਰਗਿਲ ਪਹੁੰਚੋ ਜਿੱਥੇ ਤੁਸੀਂ ਜਾਣਾ ਪਸੰਦ ਕਰਦੇ ਹੋ। ਪਰ ਇਹ ਜੋ ਐਡਵੈਂਚਰ ਆਉਂਦਾ ਨਾ ਜੋਜਲਾ ਪਾਸ ਨੂੰ ਪਾਰ ਕਰਨ ਦਾ, ਉਹ ਉਸ ਤੋਂ ਖਤਮ ਹੋ ਜੂਗਾ, ਉਹ ਕੋਈ ਕੰਫਰਟ ਜੋਨ 'ਚ ਹੋ ਜਾਵਾਂਗੇ, ਸਿੱਧਾ ਗੇ ਗੋਲੀਆਂ ਰੁਰ ਕਰਕੇ ਅਤੇ ਉਹ ਕੰਮ ਹੋਜੂਗਾ। ਪਰ ਜਦੋਂ ਮੋੜ ਘੋੜ ਆਉਂਦੇ ਪਏ ਅੱਗੇ ਜੋਜਲਾ ਪਾਸ ਆਊਗਾ ਉਹ ਕੰਮ ਖਤਮ ਫਿਰ। ਖੈਰ ਉਹ ਵੀ ਜ਼ਰੂਰੀ ਹੈ ਕਿ ਉਹਦੇ ਨਾਲ ਟਾਈਮ ਬਚ ਜੂਗਾ, ਸਾਰਾ ਸਾਰਾ ਕਨੈਕਟੀਵਿਟੀ ਰਹੂਗੀ ਇਸ ਸੈਕਟਰ ਦੀ, ਕਿਉਂਕਿ ਜਦੋਂ ਨਵੰਬਰ ਦਸੰਬਰ ਆਉਂਦੀ ਹੈ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਰਾ ਏਰੀਆ ਬੰਦ ਹੋ ਜਾਂਦਾ, ਖਾਸ ਕਰ ਕਾਰਗਿਲ ਦਾ ਲੇਹ ਦਾ ਰੋਡ ਕਨੈਕਟੀਵਿਟੀ ਖਤਮ ਹੋ ਜਾਂਦੀ ਹੈ, ਉਸਨੂੰ ਸਾਰਾ ਸਾਲ ਕਰਨ ਦੇ ਲਈ ਇਸ ਟਨਲ ਦੀ ਵੀ ਲੋੜ ਹੈਗੀ ਹੈ। ਅਤੇ ਸਾਹਮਣੇ ਦੇਖੋ ਵੀ ਕਿੰਨਾ ਸੋਹਣਾ ਦ੍ਰਿਸ਼ ਬਣਦਾ ਪਿਆ ਵੀ, ਬਰਫ਼ਾਂ ਲੱਦੇ ਪਹਾੜਾਂ ਦਾ ਵੀ, ਤਾਜ਼ੀ ਤਾਜ਼ੀ ਬਰਫ਼ ਪਈ ਆ ਉੱਥੇ, ਹੁਣ ਹੌਲੀ ਹੌਲੀ ਕਰਕੇ ਨਾ ਉਹ ਸੀਜ਼ਨ ਸ਼ੁਰੂ ਹੋ ਜੂਗਾ। ਕਿਹੜੇ ਵਾਲਾ ਬਰਫ਼ਾਂ ਵਾਲਾ?
ਹਾਂਜੀ ਭਾਅ ਜੀ ਸਲੋ ਫਾਨ ਵਾਲਾ ਬਸ ਅਸੀਂ ਜਾ ਰਹੇ ਇਸ ਵਕਤ ਲੱਦਾਖ ਦੀ ਤਰਫ ਯੋਜਨਾ ਤੋਂ ਲਗਭਗ ਅਸੀਂ ਹੈ 10 ਕਿਲੋਮੀਟਰ ਪਿੱਛੇ ਯੋਜਨਾ ਦੇ ਟੋਪ 'ਤੇ ਪਹੁੰਚਣ ਵਾਲੇ ਹਾਂ ਅਤੇ ਸਾਡੇ ਸਾਥੀ ਰਹਿ ਗਏ ਪਿੱਛੇ ਉਹ ਖੜ੍ਹੇ ਆਰਾਮ ਨਾਲ ਫੋਟੋ ਕਰਾਈ ਜਾਂਦੇ ਆ ਇੱਕ ਦੇਖੋ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਨੇ ਆ ਜਾਓ ਕਦੇ ਗੱਡੀ ਬੰਦ ਕਰ ਲਈ ਕਦੇ ਗੱਡੀ ਖੋਲ੍ਹ ਲਈ ਬਸ ਨਿਰਾਸਾ ਹੋਇਆ ਪਿਆ ਲੱਗਦਾ ਨਾ ਜੇ ਰਾਤ ਵੀ ਯੋਜਨਾ ਪਾਸ 'ਚ ਗ੍ਰਹਿਣ ਨਹੀਂ ਕਰਦਾ ਮੈਨੂੰ ਇਹ ਕਿਉਂਕਿ ਸ਼ਾਮ ਦੇ ਲਗਭਗ 4 ਵੱਜ ਚੁੱਕੇ ਆ ਅਤੇ 1 ਘੰਟੇ ਬਾਅਦ ਅਸੀਂ ਪਹੁੰਚਾਂਗੇ ਦਰਾਸ ਇਹਨਾਂ ਦੇ ਨਾ ਹਾਂ ਲੀਡਰ ਅਤੇ ਲੱਤਾਂ ਹੀ ਲੋਟ ਆ ਰਿਹਾ ਇਹਨਾਂ ਦਾ ਐਨੀ ਹੋ ਸਫ਼ਰ 'ਚ ਲੋਟ ਪੈਂਦੀ ਰਹਿੰਦੀ ਹੈ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਹਾਂ ਆਹ ਦੇਖਾ ਲੂਪਸ ਬਣੀ ਜਾਂਦੀਆਂ ਆਹ ਮਤਲਬ ਇਹ ਸਾਰੀ ਹੈਗੀ ਆ ਯੋਜਨਾ ਪਾਸ ਦੀ ਟਨਲਸ ਆਹ ਉਹ ਪਿੱਛੋਂ ਆ ਰਹੀਆਂ ਇਹ ਇਸ ਪਾਸਿਓਂ ਅਤੇ ਉਹਨਾਂ ਲੂਪਸ ਦੇ ਨਾਲ ਨਾਲ ਇੱਕ ਆਹ ਰਾਹ ਵੀ ਤੁਹਾਨੂੰ ਦੱਸਦੇ ਤੁਹਾਨੂੰ ਇਹ ਹੈਗਾ ਆਪਣਾ ਅਮਰਨਾਥ ਯਾਤਰਾ ਦਾ ਰਸਤਾ ਆ ਬਾਲਟਾਲ ਵਾਲਾ ਹੀ ਆ ਉੱਥੇ ਟੈਂਟ ਟੂਨ ਲੱਗ ਜਾਂਦੇ ਫਿਰ ਕੰਮ ਸ਼ੁਰੂ ਹੋ ਜਾਂਦਾ ਸਫ਼ ਯਾਤਰਾ ਦਾ ਇਹ ਬਰਫ਼ਾਂ ਲੱਦੇ ਪਹਾੜ ਵੀ ਕਿੰਨੇ ਸੋਹਣੇ ਲੱਗਦੇ ਪਏ ਇੱਥੇ ਅਤੇ ਮੈਂ ਖੜ੍ਹਾ 15 ਮਿੰਟਾਂ ਦੀ ਉਹਨੇ ਉਡੀਕ ਕਰੀ ਜਾਂਦਾ ਪਤਾ ਨਹੀਂ ਕੀ ਕਰੀ ਜਾਂਦੇ ਬੈਠੇ ਯੋਜਨਾ ਪਾਸ ਪਾਰ ਕਰਕੇ ਅਸੀਂ ਪਹੁੰਚ ਗਏ ਦਰਾਸ ਅਤੇ ਮੌਸਮ ਬੜਾ ਸੋਹਣਾ ਹੋਇਆ ਪਿਆ ਵੀ ਅਲਟੀਮੇਟ ਵੀ ਦਿਖਾਉਂਦੇ ਹਾਂ ਅਤੇ ਅਸੀਂ ਪਤਾ ਕਿੱਥੇ ਖੜ੍ਹੇ ਇਸ ਟਾਈਮ ਵਾਰ ਮੈਮੋਰੀਅਲ ਜ਼ਰੂਰੀ ਹੈ ਆਪਾਂ 2 ਮਿੰਟ ਨੂੰ ਸ਼ਹੀਦਾਂ ਵਾਸਤੇ ਨਮਨ ਕਰੀਏ ਯਾਦ ਕਰੀਏ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ ਇੱਥੋਂ ਇਹ ਇਸ ਥਾਂ 'ਤੇ ਪਹੁੰਚ ਗਏ ਵਾਰ ਮੈਮੋਰੀਅਲ ਅਤੇ ਸਾਹਮਣੇ ਦੇਖੋ ਸੂਰਜ ਛਿਪਦਾ ਹੋਇਆ ਅਤੇ ਉਹਦੀਆਂ ਲਾਈਟਾਂ ਪੈਂਦੀਆਂ ਹੋਈਆਂ ਵੀ ਕੰਨੀਆਂ ਸੋਹਣੀਆਂ ਲੱਗਦੀਆਂ ਵੀ ਦਿਲ ਖੁਸ਼ ਹੋ ਗਿਆ ਦੇਖ ਕੇ ਵੀ ਅਤੇ ਉਸ ਪਾਸੇ ਚੰਦਾ ਮਾਮਾ ਵੀ ਆ ਰਿਹਾ ਹੌਲੀ ਹੌਲੀ ਨਿਕਲ ਰਿਹਾ ਬਾਹਰ ਵੀ ਦੇਖੋ ਜੀ ਕਿੰਨਾ ਆਸਮਾਨ ਸਾਫ਼ ਹੈ ਇੱਥੇ ਅਤੇ ਸਾਰਿਆਂ ਸਾਨੂੰ ਵਧੀਆ ਚੀਜ਼ ਦਿਖ ਰਹੀ ਹੈ ਕੈਮਰੇ 'ਚ ਤੁਹਾਨੂੰ ਦੇਖੋ ਕਿੰਨੀ ਸੋਹਣੀ ਲਾਈਟਾਂ ਲੱਗ ਰਹੀਆਂ ਉਹਦੀਆਂ ਸੂਰਜ ਦੀਆਂ ਵੀ ਆਹ ਚੱਲਦੇ ਹਾਂ ਕਮੰਡ ਅੰਦਰ ਲਗਾਈਏ ਫਿਰ ਕੇ ਸ਼ੁਰੂ ਕਰਾਂਗੇ ਵੀ ਵਾਰ ਮੈਮੋਰੀਅਲ ਦੇ ਅੰਦਰ ਆ ਕੇ ਦੇਖ ਕੇ ਆਈਡੀਆ ਹੋ ਗਿਆ ਨਾ ਠੰਡ ਬਹੁਤ ਹੋਈ ਪਈ ਆ ਵੀ ਜ਼ਬਰਦਸਤ ਵਾਲਾ ਕੰਮ ਜ਼ਬਰਦਸਤ ਵਾਲਾ ਵੀ ਹਵਾ ਚੱਲ ਰਹੀ ਹੈ ਵੈਸੇ ਵੀ ਇੱਥੇ ਠੰਡ ਬਹੁਤ ਪੈਂਦੀ ਹੈ ਕਿਉਂਕਿ ਆਪਾਂ ਪਤਾ ਹੀ ਸਾਰਿਆਂ ਨੂੰ ਕਿ ਜਿਹੜਾ ਦਰਾਸ ਹੈਗਾ ਉਹ ਵਰਲਡ ਦਾ ਸੈਕਿੰਡ ਕੋਲਡੈਸਟ ਇਨਹੈਬੀਟੇਡ ਏਰੀਆ ਸਾਈਬੇਰੀਆ ਤੋਂ ਬਾਅਦ ਕਿ ਜਿੱਥੇ ਲੋਕ ਰਹਿੰਦੇ ਸਭ ਤੋਂ ਠੰਡਾ ਏਰੀਆ ਦੁਨੀਆ ਦਾ ਦੂਸਰੇ ਨੰਬਰ 'ਤੇ ਵੀ ਆਹ ਇੱਥੋਂ ਦਾ
अंदर माहौल है जितों वार मेमोरियल का, फिर उन्हां शहीदां दे यादगार बनी हुई है जिन्हां ने कारगिल के युद्ध दौरान इन्हां चोटियां के उपर कब्जा करन वेले शहीदी प्राप्त की सी। सारा उतों का आला दुआला जी, इतना कुछ डेकोरम का ध्यान रखना पैंता है जो तुम उत्थे आने हो, तो उन्होंने ध्यान रखना इतना बहुत जरूरी है जी। हम असं कुछ टाइम इतने लगा के अगे निकला इतना। जय हिंद। A few moments later. हाँ जी, द्रास दे वार मेमोरियल तो थोड़ा अगे आके किलोमीटर आके कहिंदे स्टे करनी है, वोटां पै गईआं ते वोटां च मेजोरिटी आ गई टेंटां दी भी, तां मेमोरियल तो कोई तकरीबन 1 किलोमीटर अगे आके इस थां दे उपर लागे टेंट अपने भी, इस थां दे उपर भी हत्थी नाल गड्डियां गुड्डियां लग गईआं अपनीआं ਉੱਪਰ। ਆਹ ਹਾਈਵੇ ਆ ਜੀ, ਆਹ ਬਾਈ ਦੀ ਥਾਂ ਜਿਹਾ ਜਾਂਦਾ ਪਿਆ, ਬਾਈਕਰ ਕੈਫੇ ਆ ਇੱਥੇ ਇੱਕ, ਬੜਾ ਵਧੀਆ ਦਿਖਾਵਾਂਗੇ ਤੁਹਾਨੂੰ। ਅਤੇ ਇੱਥੇ ਕਹਿੰਦੇ ਬੋਨ ਫਾਇਰ ਕਰੋ ਵੀ, ਸਮਾਂ ਨਾ ਰਾਤ ਦੇ ਕੋਈ ਤਕਰੀਬਨ ਹੋ ਗਏ 9, ਅਤੇ ਅਸੀਂ ਹੁਣ ਕਰਾਂਗੇ ਇੱਥੇ ਬੋਨ ਫਾਇਰ ਵਗੈਰਾ, ਹੱਸਾਂਗੇ ਖੇਡਾਂਗੇ, ਗੱਲਾਂ ਬਾਤਾਂ ਕਰਾਂਗੇ ਅਤੇ ਨਵੇਂ ਸਫ਼ਰ ਦੀ ਗੱਲਾਂ ਤਾਂ ਕਰਾਂਗੇ ਵੀ। ਹਾਂਜੀ, ਕਿਵੇਂ ਰਿਹਾ ਦਿਨ ਸਾਰਿਆਂ ਦਾ? ਢਿੱਲੋ ਸਾਹਿਬ ਕਹਿੰਦੇ ਭਾਲੂ ਹੱਸਦਾ ਬਈ, ਭਾਲੂ ਬਾਬਾ ਹੱਸ ਸਕਦੇ ਆ ਬਈ। ਟੇਬਲ ਕਹਾਂ ਲਗਾਏਂਗੇ? ਟੇਬਲ ਉੱਥੇ ਲਿਆਓ ਜੀ, ਰੋਟੀ ਪਾਣੀ ਉੱਥੇ ਖਾ ਲਾਂਗੇ ਆਪਾਂ। ਚੰਦ ਰੂਪ ਕਰਕੇ ਉੱਪਰ ਪਹੁੰਚਦਾ ਵਾ ਬਈ। ਆਹ ਸੀ ਅੱਜ ਸਾਡਾ ਅੱਜ ਦਾ ਦਿਨ ਬਈ, ਤਾਂ ਅੱਜ ਦਾ ਸੀ ਸਾਡਾ ਦਿਨ ਜੋਜਲਾ ਪਾਸ ਦਾ ਵਾਰ ਮੈਮੋਰੀਅਲ ਦਾ। ਦਰਾਸ ਰੁਕੇ ਆ ਇਸ ਟਾਈਮ, ਸਵੇਰੇ ਚੱਲਾਂਗੇ ਲੇਹ ਵਾਸਤੇ, ਦੇਖਾਂਗੇ ਕੀ ਗੱਲਬਾਤ ਬਣਦੀ ਹੈ। ਚਲੋ ਆਹ ਦੇਖੋ ਜੀ, ਕੰਪੀਟੀਸ਼ਨ ਮੇਰੇ ਨਾਲ ਕੰਪੀਟੀਸ਼ਨ, ਨਵੇਂ ਨਵੇਂ ਆਏ ਬੰਦੇ ਦੁਬਈ ਤੋਂ, ਇਹ ਸੰਜੇ ਬਾਈ ਹਾਸੇ ਕੱਢੀ ਗੱਲਾਂ ਵੀ ਹੈ ਸਰ ਨੂੰ ਇਹ। ਚਲੋ ਜੀ ਫਿਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਨਾਈਟ, ਟੇਕ ਕੇਅਰ, ਮਿਲਦੇ ਹਾਂ ਰਾਸਤਿਆਂ ਦੇ ਉੱਪਰ ਵੀ।